ਪੰਚਾਇਤੀ ਚੋਣਾਂ 2024 ਦਾ ਬਿਗਲ ਵੱਜ ਚੁਕਿਆ ਔਰ ਲੋਕਾਂ ਵਿੱਚ ਵੀ ਕਿਸ ਤਰ੍ਹਾਂ ਹੁਸਿਆ ਹੈ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਦੱਸ ਦਈਏ ਕਿ ਇਸ ਵਕਤ ਅਸੀਂ ਮੌਜੂਦਾ ਹੁਸ਼ਿਆਰਪੁਰ ਦੇ ਮੁਕੇਰੀਆਂ ਦਾ ਪਿੰਡ ਰੈਲੀ ਔਰ ਰੈਲੀ ਵੀ ਇੱਕ ਕੰਢੀ ਖੇਤਰ ਏਰੀਆ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਿੰਡ ਦੇ ਲੋਕ ਇਕੱਤਰਿਤ ਹੋਏ ਨੇ ਸੱਥ ਵਿੱਚ ਕਿਉਂਕਿ ਸੱਥ ਜਿਹੜੇ ਆ ਇੱਥੇ ਲੋਕ ਆਪਣਿਆ ਵਹਿ ਕੇ ਵਿਚਾਰ ਵਿਵਰਸ਼ ਕਰਦੇ ਨੇ ਆਪਣੇ ਪਿੰਡ ਦੇ ਵਿੱਚ ਹੋਣ ਵਾਲੇ ਕਮਾਂ ਕਾਰਜਾਂ ਦੀ ਸਲਾਹ ਕਰਦਣੇ ਅਸੀਂ ਬਾਰੀ ਬਾਰੀ ਲੋਕਾਂ ਤੋਂ ਪੁੱਛਾਂਗੇ ਇਸ ਵਾਰ ਕਿੰਨਾ ਉਤਸ਼ਾਹ ਹੈ ਸਰ ਤੁਹਾਡਾ ਨਾਮ ਕੀ ਪਹਿਲਾ ਨਾਮ ਦੱਸੋ ਸੁਭਾ ਦਾ ਜਨਕਰਾਜ ਜਨਕਰਾਜ ਜੀ ਇਸ ਵਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਪਿੰਡ ਵਾਸੀਆਂ 'ਚ ਉਤਸ਼ਾਹ ਪਿੰਡ ਵਿੱਚ ਬਹੁਤ ਜੋਸ਼ ਹੈਗਾ ਇਹ ਚੜ੍ਹਦੀ ਕਲਾਂ ਜਾ ਕੇ ਸਾਰੇ ਕਿਉਂਕਿ ਮੌਜੂਦਾ ਜਿਹੜੀ ਪੰਚਾਇਤ ਹੈ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਐ ਤੇ ਪੂਰਾ ਪਿੰਡ ਇਸ ਵੇਲੇ ਇਹ ਹੀ ਚਾਹੁੰਦਾ ਵੀ ਜੇ ਇਹਨਾਂ ਨੂੰ ਦੁਬਾਰਾ ਚੁਣਿਆ ਜਾਏ ਤੇ ਬਹੁਤ ਤਰੱਕੀ ਹੋਵੇ ਜੀ ਪੂਰਾ ਪਿੰਡ ਸਹਿਮਤ ਐ ਇਸ ਗੱਲ ਤੇ ਸਮਦੇ ਲੇਕਿਨ اپੋਜੀਸ਼ਨ ਤਾਂ ਹੁੰਦੀ ਹੈ ਤੁਹਾਨੂੰ ਪਤਾ ਹੈ ਹਰ ਜਗ੍ਹਾ ਹੈਗਾ ਫਿਰ ਮੈਗਜ਼ੀਮ ਜਿਹੜਾ ਹੈਗਾ ਆ ਇਹਨਾਂ ਲੋਕੀ ਇਹਨਾਂ ਨੂੰ ਚਾਹੁੰਦੇ ਆ ਜਿਹੜਾ ਸਰਪੰਚ ਹੁਣ ਕੰਮ ਕਰਾ ਦੇ ਹਾਂਜੀ ਸਰਪੰਚ ਪੰਚਾਇਤ ਜਿੰਨੀ ਜਿਹੜੇ ਕਿਉਂਕਿ ਪਿਛਲੇ 20 25 ਸਾਲ ਤੋਂ ਅਗਰ ਦੇਖਿਆ ਜਾਵੇ ਤਾਂ ਇਦਾਂ ਦਾ ਕੋਈ ਸਾਡੇ ਪਿੰਡ 'ਚ ਕੋਈ ਕੰਮ ਨਹੀਂ ਹੋਇਆ ਸਾਰੇ ਨਵੇਂ ਕੰਮ ਹੈ ਔਰ ਕੰਮ ਜਿਹੜੇ ਬੋਲ ਰਹੇ ਆ ਵੀ ਹੁਣ ਬਣੇ ਆ ਜਾਂ ਪਹਿਲੇ 20 ਸਾਲ ਪਹਿਲੇ ਬਣੇ ਆ ਕਿਹੜੇ ਮੁੱਖ ਕੰਮ ਹੈਗੇ ਤੁਸੀਂ ਦੋ ਚਾਰ ਗਿਣਾ ਦਿਓ ਮੁੜੇ ਮੁੱਖ ਕੰਮ ਜੀ ਇੱਕ ਪਾਰਕ ਹੋ ਗਿਆ ਵਾਟਰ ਸਪਲਾਈ ਹੋ ਗਈ ਸਟੇਡੀਅਮ ਹੋ ਗਿਆ ਕੋਈ ਸਟੇਡੀਅ ਪਿੰਡ ਦੇ ਦੁਵਾਲੇ ਵੀ ਹੈ ਸਕਿਉਰਿਟੀ ਲਾਈਟਾਂ ਲੱਗੀਆਂ ਨੇ ਪੂਰੀਆਂ ਤੇ ਸਭ ਤੋਂ ਵੱਡੀ ਜਿਹੜੀ ਤੁਹਾਨੂੰ ਮੈਂ ਪਹਿਲ ਮੇਨ ਜਿਹੜੀ ਚੀਜ਼ ਹੈਗੀ ਵਾਟਰ ਸਪਲਾਈ ਦੀ ਹੈਗੀ ਸਾਡੇ ਪਿੰਡ ਨੂੰ ਇੰਨੀ ਪ੍ਰੋਬਲਮ ਸੀ ਵੀ ਇੱਥੇ ਪਾਣੀ ਜਿਹੜਾ 180 70 80 ਫੁੱਟ ਤੇ ਬੋਰ ਕੱਢ ਕੇ ਤੇ ਪਾਣੀ ਆਉਂਦਾ ਹੈ ਤੇ ਸਾਨੂੰ ਪਰਲਵਾਲ ਤੋਂ ਜਾਂ ਪਹਿਲੇ ਸੀਪਰੀਆਂ ਤੋਂ ਆਉਂਦਾ ਰਿਹਾ ਫਿਰ ਪਰਲਵਾਲ ਤੋਂ ਆਉਂਦਾ ਰਿਹਾ ਦੁਨੀਆ ਬੜੀ ਪਰੇਸ਼ਾਨ ਸੀ ਉਸ ਦਾ ਹੱਲ ਕਰਨ ਲਈ ਇਹਨਾਂ ਨੇ ਬਹੁਤ ਜੱਦੋਜਹਿਦ ਕੀਤੀ ਕਿਉਂਕਿ 4 ਕਿਲੋਮੀਟਰ ਦੇ ਵਿੱਚ ਕਹਿੰਦੇ ਸੀ ਵੀ ਦੂਸਰਾ ਬੋਰ ਨਹੀਂ ਆਪਾਂ ਦੇ ਸਕਦੇ ਤੇ ਉਹ ਇਹਨਾਂ ਨੇ ਪੂਰੀ ਇਹਨਾਂ ਦੀ ਮਿਹਨਤ ਉਹ ਸਭ ਸਿਹਰੇ ਜਿਹੜਾ ਹੈਗਾ ਪੰਚਾਇਤ ਨੂੰ ਜਾਂਦਾ ਇਹਨਾਂ ਨੇ ਮਿਲ ਮਲਾ ਕਰਕੇ ਪਿੰਡ ਦਾ ਜਿਹੜਾ ਆਪਣਾ ਵਾਟਰ ਸਪਲਾਈ ਲਗਾਈ ਹੈ ਜਿਹੜੇ ਕਿ ਹੁਣ ਲੋਕੀ ਸੁਖੀ ਹੈਗੇ ਆ ਪੂਰਾ ਪਾਣੀ ਦੋ ਟਾਈਮ ਆ ਰਿਹਾ ਬੜਾ ਵਧੀਆ ਆ ਰਿਹਾ ਕੋਈ ਆਣ ਵਾਲੇ ਸਮੇਂ ਚ ਕਿਹੜੇ ਤੁਸੀਂ ਕੰਮ ਜਿਹੜੇ ਆਪਣੇ ਪਿੰਡ ਚ ਦੇਖਣਾ ਚਾਹੁੰਗੇ ਆਣ ਵਾਲੇ ਸਮੇਂ ਜੇ ਅਸੀਂ ਇੱਕ ਤਾਂ ਚਾਹੁੰਦੇ ਹਾਂ ਵੀ ਇੱਕ ਕਮਿਊਨਿਟੀ ਹਾਲ ਬਣਨਾ ਚਾਹੀਦਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਪਿੰਡੂ ਟਪਕਾ ਹੁੰਦਾ ਜਦੋਂ ਆਪਾਂ ਲੜਕੀਆਂ ਵਗੈਰਿਆਂ ਦੀ ਸ਼ਾਦੀ ਕਰਦੇ ਆ ਤਾਂ ਸਾਨੂੰ ਨਾ ਤਿੰਨ ਤਿੰਨ ਚਾਰ ਚਾਰ ਲੱਖ ਰੁਪਏ ਪੈਲਸ ਤੇ ਤੇ ਉਸ ਵਿੱਚ ਜਿਹੜਾ ਉਹ ਲੋਕਾਂ ਦਾ ਜਿਹੜਾ ਪੈਸਾ ਬਚਦਾ ਹੈ ਐ ਕਿ ਡਿਸਟਰਬੈਂਸ ਦਾ ਵੀ ਫਰਕ ਪੈਂਦਾ ਦੂਸਰਾ ਇੱਕ ਸਾਡੇ ਪਿੰਡ ਤੋਂ ਖੇਧਪੁਰ ਨੂੰ ਸੜਕ ਜਾਂਦੀ ਹੈ ਕੱਚੀ ਹੈ ਉਹ ਇਹਨਾਂ ਨੇ ਟਰਾਈ ਕੀਤੀ ਸੀ ਪਿੱਤੇ ਨਿਸ਼ਾਨ ਦੀ ਵਗੈਰਾ ਲਈ ਸੀ ਬਟ ਉਹ ਨਿਸ਼ਾਨ ਦੀ ਅਜੇ ਕਾਮਯਾਬ ਨਹੀਂ ਹੋਈ ਹੈ ਤਾਂ ਉਹ ਹੁਣ ਇਹਨਾਂ ਦਾ ਟਾਈਮ ਕਦੋਂ ਹੋ ਗਿਆ ਦੁਬਾਰਾ ਚੁਣੇ ਜਾਣ ਤੇ ਉਹ ਜਿਹੜੀ ਸੜਕ ਹੈ ਰੈਲੀ ਪਿੰਡ ਤੋਂ ਖੇਧਪੁਰ ਵਾਲੀ ਉਹ ਪੱਕੀ ਬਣਨੀ ਚਾਹੀਦੀ ਹੈ ਚਾਰ ਕਰਮ ਦੀ ਸੜਕ ਹੈ 22 ਫੁੱਟ ਵਾਲੀ ਤੇ ਉਹ ਬਣਾਈ ਜਾਵੇ ਉਹ ਬਹੁਤ ਹੀ ਜ਼ਰੂਰੀ ਹੈ ਤੋ ਅਸੀਂ ਹੋਰ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰ ਲੈਣੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਇੱਥੇ ਹੌਲੀ-ਹੌਲੀ ਇਕੱਤਰਿਤ ਹੋਣੇ ਸ਼ੁਰੂ ਹੋ ਗਏ ਨੇ ਸਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸਤਪਾਲ ਸਿੰਘ ਹੈ ਜੀ ਸਤਪਾਲ ਸਿੰਘ ਜੀ ਕੀ ਉਤਸ਼ਾਹ ਹੈ ਇਸ ਵਾਰ ਲੋਕਾਂ ਚ ਸਰਪੰਚੀ ਚੋਣਾਂ ਨੂੰ ਲੈ ਸਰ ਉਤਸ਼ਾਹ ਬਹੁਤ ਜ਼ਿਆਦਾ ਹੈ ਜੀ ਬਾਕੀ ਜਿਵੇਂ ਕਿ ਤੁਹਾਨੂੰ ਅੰਕਲ ਹੋਣਾ ਨੇ ਦੱਸਿਆ ਜੇ ਆਪਾਂ ਗੱਲ ਕਰੀਏ ਮੌਜੂਦਾ ਪੰਚਾਇਤ ਦੀ ਪ੍ਰਾਪਤੀ ਬਾਰੇ ਪਿੰਡਾਂ ਦੇ ਕੰਮਾਂ ਬਾਰੇ ਜੀ ਮੈਂ ਕਹਿੰਨਾ ਜੀ ਜਿਹੜਾ ਕੰਮ ਇੱਕ ਸਟੇਟ ਲੈਵਲ ਤੇ ਪੰਜਾਂ ਸਾਲਾਂ ਚ ਨਹੀਂ ਨਾ ਹੋ ਸਕਦਾ ਜੀ ਸਾਡੇ ਪਿੰਡ ਦੇ ਵਿੱਚ ਉਹ ਸਾਰੇ ਕੰਮ ਇਹ ਪੰਜਾਂ ਸਾਲਾਂ ਦੇ ਵਿੱਚ ਹੋਏ ਆ ਅੱਜ ਤੋਂ 5 ਸਾਲ ਪਹਿਲਾਂ ਨਾ ਤਾਂ ਸਾਡੇ ਪਿੰਡ ਕੋਈ ਚੰਗੀ ਸੜਕ ਹੈਗੀ ਪਿੰਡ ਦੀਆਂ ਗਲੀਆਂ ਨਾਲੀਆਂ ਸਾਰਾ ਕੁਝ ਕੱਚਾ ਹੈਗਾ ਜੀ ਇਹ ਜਿੰਨਾ ਵੀ ਕੰਮ ਤੁਸੀਂ ਦੇਖਿਆ ਹੈ ਇਹ ਸਾਰਾ ਕੰਮ ਜਿਹੜਾ ਹੈਗਾ ਇਹ 5 ਸਾਲਾਂ ਦੇ ਅੰਦਰ ਹੀ ਹੋਇਆ ਹੈ پارک ਪਿੱਛੇ ਲੈਟਰਿੰਗ ਬਾਥਰੂਮ ਬੱਚਿਆਂ ਲਈ ਖੇਡਣ ਲਈ ਬਹੁਤ ਵਧੀਆ ਸਟੇਡੀਅਮ ਹੈ ਤੇ ਸਾਡੇ ਪਿੰਡ ਦੀ ਸਭ ਤੋਂ ਵੱਡੀ ਪ੍ਰੋਬਲਮ ਸੀਗੀ ਜੀ ਪਾਣੀ ਦੀ ਪਾਣੀ ਸਾਨੂੰ ਨਾਲ ਦੇ ਪਿੰਡ ਚੋਂ ਆਉਂਦਾ ਸੀਗਾ ਤੇ ਪਾਣੀ ਕਦੀ ਆਣਾ ਕਦੀ ਨਹੀਂ ਆਣਾ ਬਹੁਤ ਜਿਆਦਾ ਪਰੇਸ਼ਾਨੀ ਹੁੰਦੀ ਅੱਜ ਸਾਡੇ ਕੋਲ ਸਾਡੇ ਪਿੰਡ ਦੀ ਆਪਣੀ ਵਾਟਰ ਸਪਲਾਈ ਹੈ ਜੀ 24 ਘੰਟੇ ਪਾਣੀ ਰਹਿੰਦਾ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ ਬਾਕੀ ਸਾਡੇ ਪਿੰਡ ਦੇ ਵਿੱਚ ਦਿਨ ਆਉ ਚਾਹੇ ਰਾਤ ਆਉ ਸਰ ਪੂਰੇ ਪਿੰਡ ਦੇ ਚਾਰੇ ਪਾਸੇ ਲਾਈਟਿੰਗ ਲੱਗੀ ਹੋਈ ਹੈ ਔਰ ਪੂਰੀ ਪਿੰਡ ਦੀ ਜਿੰਨੀ ਫਿਰਨੀ ਹੈ ਉਹ ਪੀ ਡਬਲਯੂ ਡੀ ਅੰਡਰ ਪੂਰੀ ਪੱਕੀ ਹੈ ਜੀ ਪਿੰਡ ਚ ਹਰ ਇੱਕ ਸੜਕ ਇੰਟਰਲੋਕ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਿੰਡ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ ਚਲੋ ਅਸੀਂ ਹੋਰ ਵੀ ਲੋਕਾਂ ਨਾਲ ਇੱਥੇ ਗੱਲਬਾਤ ਕਰ ਲੈਂਦੇ ਸਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਕਸਰ ਹੈ ਜੀ ਮਖਤਿਆਰ ਸਿੰਘ ਜੀ ਤੁਸੀਂ ਵੀ ਕਾਫੀ ਲੰਬਾ ਸਮਾਂ ਇਸ ਪਿੰਡ ਦੇ ਵਿੱਚ ਰਹਿ ਚੁੱਕੇ ਹੋ ਔਰ ਪਹਿਲੇ ਦੇ ਸਮੇਂ ਚ ਹੁਣ ਦੇ ਸਮੇਂ ਚ ਤੁਹਾਨੂੰ ਕੀ ਬਦਲਾਅ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨਵੀਂ ਪੰਚਾਇਤ ਤੁਸੀਂ ਚੁਣੂਗੇ ਤੇ ਜਾਂ ਫਿਰ ਜਿਹੜੇ ਹੁਣ ਸਰਪੰਚ ਹੈਗੇ ਉਹਨਾਂ ਦੇ ਕੰਮਾਂ ਕਰ ਉਹਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਜੀ ਤਕਰੀਬਨ 50 ਸਾਲ ਤੋਂ ਪਹਿਲਾਂ ਜਿਹੜਾ ਨੇ ਵੀ ਕਦੀ ਕੰਮ ਹੋ ਸਕਿਆ ਨਾ ਜੀ ਇਸ ਸਰਪੰਚ ਨੇ ਇਸ ਪੰਚਾਇਤ ਮੈਂਬਰਾਂ ਨੇ ਸਾਰਿਆਂ ਨੇ ਰਲ ਮਿਲ ਕੇ ਜੀ ਬਹੁਤ ਵਧੀਆ ਕੰਮ ਕੀਤਾ ਸਾਰੇ ਪਿੰਡ ਦੀ ਡਿਵੈਲਪਮੈਂਟ ਬਹੁਤ ਵਧੀਆ ਕੀਤੀ ਹੈ ਅਸੀਂ ਚਾਹੁੰਦੇ ਹਾਂ ਕਿ ਦੁਬਾਰਾ ਫਿਰ ਇਹ ਕਿਤੇ ਸਰਪੰਚ ਬਣ ਜਾਵੇ ਤੇ ਤਾਂ ਕਿ ਪਿੰਡ ਦੀ ਜਿਹੜੀ ਆਉਣ ਵਾਲਾ ਪਿਖਿਆ ਗਾਂ ਦਾ ਗਾਂ ਸਵਾਰਿਆ ਜਾਵੇਗਾ। ਜੇ ਸਾਡੇ ਸਰਪੰਚ ਕਿੱਥੇ ਪਿੰਡ ਦੇ ਇਹ ਸੋ ਹੈ ਮੌਜੂਦ ਇੱਥੇ। ਕਿੱਥੇ ਆ ਸਰਪੰਚ ਸਾਹਿਬ ਵੀ ਇੱਥੇ ਬੈਠੇ ਨੇ ਸਰਪੰਚ ਸਾਹਿਬ। ਕਿਸ ਤਰ੍ਹਾਂ ਦੇ ਹਾਲਾਤ ਹੈ ਇਸ ਵਾਰ ਚੋਣਾਂ ਲੈ ਕੇ ਕਿਉਂਕਿ ਤੁਸੀਂ 5 ਸਾਲ ਹੁਣ ਬਿਤਾ ਲਏ ਆ ਤੇ ਪਿੰਡ ਵਾਸੀ ਵੀ ਬੋਲ ਰਹੇ ਕਿ ਕੰਮਕਾਰ ਵੀ ਬਹੁਤ ਤੁਸੀਂ ਕਰਵਾਏ ਆ ਪਿੰਡ ਚ ਕਿਉਂਕਿ ਦੇਖਣ ਨੂੰ ਵੀ ਮਿਲ ਰਿਹਾ ਕਿ ਕੰਮ ਹੋਏ ਆ। ਕੀ ਲੱਗਦਾ ਇਸ ਵਾਰ ਕਿਸ ਤਰ੍ਹਾਂ ਉਤਸ਼ਾਹ ਲੋਕਾਂ ਚ? ਇਸ ਵਾਰ ਪੰਚਾਇਤੀ ਚੋਣਾਂ ਦਾ ਉਤਸ਼ਾਹ ਲੋਕਾਂ ਚ ਸਾਨੂੰ ਤਾਂ ਹੀ ਹੰਗਾਰਾ ਮਿਲ ਰਿਹਾ ਹੈ ਕਿ ਤੁਸੀਂ ਦੁਬਾਰਾ ਇਹੀ ਪੰਚਾਇਤ ਨੂੰ ਰਿਪੀਟ ਕਰੋ ਪਰ ਅਸੀਂ ਇਹ ਤਾਂ ਹੁਣ ਪਿੰਡ ਵਾਸੀਆਂ ਤੇ ਹੈ ਵੋਟ ਉਹਨਾਂ ਨੇ ਪਾਣੀ ਹੈ ਪੰਚਾਇਤ ਦਾ ਕੰਮ ਕਰਨਾ ਜੋ ਅਸੀਂ ਪਿਛਲੇ 5 ਸਾਲ 7-8 ਮਹੀਨੇ ਹੋ ਗਏ ਸਾਨੂੰ ਪੰਚਾਇਤ ਬਣੀ ਨੂੰ ਸੌਹ ਚੁੱਕੀ ਨੂੰ ਅਸੀਂ ਉਹਦੇ ਵਿੱਚ ਅੱਜ ਤੱਕ ਵੀ ਕੰਮ ਨਹੀਂ ਰੁਕਿਆ ਸਾਡਾ ਹਜੇ ਵੀ ਸਾਡੇ ਕੁਝ ਕੰਮ ਚੱਲਦੇ ਪਏ ਨੇ ਜੋ ਕੱਲ ਤੋਂ ਰੁਕੇ ਆ ਅਸੀਂ ਕੁਝ ਪਾਈਪਲਾਈਨ ਦਾ ਕੰਮ ਸੜਕਾਂ ਦਾ ਕੰਮ ਤੇ ਜਨਨ ਕਿ ਸਾਡੀ ਪੰਚਾਇਤ ਨੇ ਮੇਰੇ ਮੈਂਬਰ ਬੈਠੇ ਨੇ ਔਰ ਸਾਡੇ ਪਿੰਡ ਵਿੱਚ ਇੱਕ ਇਕਤਾ ਬਹੁਤ ਵਧੀਆ ਹੈ ਕਿ ਕੋਈ ਪੰਚਾਇਤ ਮੈਂਬਰ ਇਹ ਨਹੀਂ ਕਹਿੰਦਾ ਕਿ ਮੈਂ ਕਾਂਗਰਸ ਵਾਲੋ ਸੀ ਮੈਂ ਆਪ ਵਾਲੋ ਸੀ ਮੈਂ ਭਾਜਪੀ ਵਾਲੋ ਸੀ ਜਦੋਂ ਪੰਚਾਇਤ ਬਣ ਜਾਂਦੀ ਹੈ ਤੇ ਅਸੀਂ ਸਾਰੇ ਇੱਕ ਇਕੱਠੇ ਹੋ ਕੇ ਹੀ ਸਾਰਾ ਕੰਮ ਕਰੀਦਾ ਹੈ ਮੇਨ ਮਤਲਬ ਵਿਕਾਸ ਦਾ ਇਹ ਹੁੰਦਾ ਹੈ ਕਿ ਆਪਾਂ ਪਿੰਡ ਨੂੰ ਨਾਂ ਲੈ ਕੇ ਚੱਲਣਾ ਹੈ ਇੱਕ ਮੁਠ ਕਰਕੇ ਚੱਲਣਾ ਕਿ ਪਾਰਟੀ ਬਾਜ਼ੀ ਨਹੀਂ ਬਣਾਣੀ ਹੈ ਸਰਪੰਚ ਜਿਹੜਾ ਕਿਸੇ ਪਾਰਟੀ ਦਾ ਨਹੀਂ ਹੁੰਦਾ ਆ ਉਹ ਪਿੰਡ ਦਾ ਹੁੰਦਾ ਹੈ ਸਰਪੰਚ ਨੇ ਹੀ ਪਿੰਡ ਦੇਖਣਾ ਹੁੰਦਾ ਹੈ ਸਰਪੰਚ ਸਾਹਿਬ ਅਕਸਰ ਦੇਖਿਆ ਜਾਂਦਾ ਹੈ ਕਿ ਲੋਕੀ ਹਰ ਕਈ ਪਿੰਡਾਂ ਵਿੱਚ ਇਦਾਂ ਦਾ ਮਾਮਲਾ ਸਾਹਮਣੇ ਆਉਂਦਾ ਕਿ ਸਰਪੰਚ ਨਰੇਗਾ ਦੀ ਗ੍ਰਾਂਟ ਖਾ ਗਿਆ ਸਰਪੰਚ ਨੇ ਦੂਜੇ ਆਪਣੇ ਕਹਿ ਸਕਦੇ ਕੀ ਜਿਹੜਾ ਫੰਡ ਆਉਂਦਾ ਪੰਚਾਇਤੀ ਉਹਦੇ ਚੋਂ ਪੈਸੇ ਖਾ ਲੇ ਕਿ ਇਸ ਤਰ੍ਹਾਂ ਦਾ ਤੁਹਾਨੂੰ ਵੀ ਮੁਸ਼ਕਿਲਾਂ ਦੇਖਣੀਆਂ ਪਈਆਂ ਨਹੀਂ ਸਾਨੂੰ ਇਹ ਮੁਸ਼ਕਿਲਾਂ ਨਹੀਂ ਦੇਖਣੀਆਂ ਪਈਆਂ ਨਰੇਗਾ ਦੀਆਂ ਵੀ ਖਾ ਲੇ ਅਸੀਂ ਮੇਰੇ ਕਿਸੇ ਵੀ ਕੋਈ ਤਾਏ ਚਾਚੇ ਦਾ ਕਿਸੇ ਭਰਾ ਦਾ ਕੋਈ ਨਰੇਗਾ ਚ ਨਾਣੀ ਹੈ ਵੀ ਆਪਾਂ ਕਿਸੇ ਦਾ ਨਾਮ ਪਾਇਆ ਹੋਵੇ ਜਿਹੜਾ ਵਰਕਰ ਕੰਮ ਕਰਦਾ ਉਹਦਾ ਹੀ ਪੰਚਾਇਤ ਵਿੱਚ ਨਰੇਗਾ ਚ ਕੰਮ ਹੁੰਦਾ ਹੈ ਔਰ ਇੱਥੇ ਜਿਹੜਾ ਪਾਰਕ ਚ ਅਸੀਂ ਬੈਠੇ ਆਂ ਇਹ 2.5 ਲੱਖ ਦੀ ਗ੍ਰਾਂਟ ਸੀ ਇਸ پارک ਦੀ ਮਟੀਰੀਅਲ ਦੀ ਤੇ 220000 ਰੁਪਏ ਤੇ ਲੇਬਰ ਸੀ ਔਰ ਜਦੋਂ ਇਹਦਾ ਐਸਟੀਮੇਟ ਲਾਇਆ ਜੇਏ ਨੇ ਤੇ 55 ਲੱਖ ਦਾ ਤੇ ਮਟੀਰੀਅਲ ਨਿਕਲਿਆ ਕਿ ਜਿਹੜਾ ਅਸੀਂ ਜਿਹੜੀ ਸਾਹੀਂ ਕੁਝ ਦਾਨੀ ਸੱਜਣਾ ਕੋਲੋਂ ਕੁਝ ਅਸੀਂ ਆਪਣੇ ਫੰਡ ਇਕੱਠੇ ਕਰਕੇ ਆ ਜਿਹੜੇ ਛਤਰੀਆਂ ਥਲੇ ਬੈਠੇ ਆ ਇਹ ਵੀ ਸਾਡੀਆਂ ਆਪਣੇ ਹੀ ਫੰਡ ਚੋਂ ਬਣੀਆਂ ਹੋਈਆਂ ਨੇ ਸਾਡਾ ਸਟੇਡੀਅਮ ਹੈ ਕਟੂ-ਕਟ ਸਾਡੀ ਪਿੰਡ ਦੀ ਕਮੇਟੀਆਂ ਨੇ ਰਲ ਕੇ ਉਹਦੇ ਤੇ 20 ਲੱਖ ਲਗਾਇਆ ਹੋਇਆ ਹੈ ਆਪਾਂ ਵੀ ਸਰਕਾਰ ਕੋਲੋਂ ਵੀ ਲਗਾਇਆ ਹੈ ਬੱਚਿਆਂ ਦੀਆਂ ਲਾਈਟਾਂ ਲਗਵਾਈਆਂ ਹੋਈਆਂ ਨੇ ਰਾਤ ਨੂੰ ਸਾਡੇ ਬੱਚੇ ਜਿਹੜੇ ਆ ਰਾਤ ਨੂੰ 70 ਤੋਂ 80 ਡੇਲੀ ਬੱਚੇ ਰਾਤ ਨੂੰ 9 ਵਜੇ ਤੱਕ ਬੱਚੇ ਗਰਾਊਂਡ 'ਚ ਪ੍ਰੈਕਟਿਸ ਕਰਦੇ ਨੇ ਇਸ ਵਾਰ 10 ਦਿਨ ਪਹਿਲਾਂ ਸਾਡੇ ਬਲੌਕ ਲੈਵਲ ਦੀਆਂ ਖੇਡਾਂ ਬਤਨ ਪੰਜਾਬ ਦੀਆਂ ਸਾਡੇ ਪਿੰਡ ਵਿੱਚ ਹੋਈਆਂ ਨੇ 27 ਬੱਚਿਆਂ ਨੇ ਸਾਡੇਆਂ ਨੇ ਹਸ਼ਾਰਪੁਰ ਡਿਸਟ੍ਰਿਕਟ ਲੈਵਲ ਤੇ ਪਾਰਟਿਸਿਪੇਟ ਕੀਤਾ ਤੇ ਤਿੰਨ ਬੱਚੇ ਉੱਥੋਂ ਮੈਡਲ ਲੈ ਕੇ ਆਏ ਨੇ ਸਾਡਾ ਮਕਸਦ ਹੈ ਕਿ ਬੱਚਿਆਂ ਨੂੰ ਤੇ ਪਿੰਡ ਨੂੰ ਇੱਕ ਸਹੀ ਦਿਸ਼ਾ ਤੇ ਲੈ ਕੇ ਚੱਲਣਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਦੇ ਸਪੋਰਟਸ ਦੇ ਨਾਲ ਜੋੜਨਾ ਔਰ ਸਾਡੇ ਪਿੰਡ ਵਿੱਚ ਪਹਿਲਾਂ ਜਦੋਂ ਅਸੀਂ ਪੰਚਾਇਤ ਸਾਮੀ ਆ ਤੇ ਸਾਡੇ ਪਿੰਡ ਚ ਗੰਦਗੀ ਦੇ ਬੜੇ ਸੀਗੇ ਕਿ ਤਾਂ ਨਾਲੀਆਂ ਦੀ ਸਾਫ ਸਫਾਈ ਨਹੀਂ ਸੀਗੀ ਸਭ ਤੋਂ ਪਹਿਲਾਂ ਮੈਂ ਆ ਕੇ 2019 ਫਰਵਰੀ ਦੇ ਵਿੱਚ ਮੈਂ ਨਾਲੀਆਂ ਵਾਲੇ ਜਨਕੀ ਸਪੈਸ਼ਲ ਪਿੰਡ ਵਿੱਚ ਹੀ ਰੱਖਿਆ ਇੱਥੇ ਰਹਿੰਦੇ ਨੇ ਉਹ ਸਾਡੇ ਨਾਲ ਹੀ ਜੇ ਵੀ ਪਿੰਡ ਵਿੱਚ ਕਿਸੇ ਵੀ ਨਾਲੀ ਜਿੱਤ ਨੂੰ ਕੋਈ ਵੀ ਹੁਣ ਚਿੱਕੜ ਜਮਾ ਨਹੀਂ ਹੋਇਆ ਲੱਭੂਗਾ ਬਿਲਕੁਲ ਸਾਫ ਨੇ ਸਾਡਾ ਕਿਸੇ ਵੀ ਨਾਲੀ ਦਾ ਕੋਈ ਓਵਰਫਲੋ ਨਹੀਂ ਹੈ ਕਿਤੇ ਸਾਡੀ ਬਾਰਡ ਸਪਲਾਈ ਤਾਂ ਹੈ ਹੀ ਹੈ ਪਰ ਸਾਡੀ ਬਾਰਡ ਸਪਲਾਈ ਕਿਤੇ ਉਹ ਵੀ ਕੋਈ ਲੀਕੇਜ ਰਹੀ ਹੈ ਜਿਹੜੀ ਸਾਡੀ ਬਾਰਡ ਸਪਲਾਈ ਚਲਦੀ ਪਈ ਹੈ ਇਹ ਸਾਡੀ ਚਲੋ ਅਸੀਂ ਆਪਣੀ ਆਪਣੀ ਪੰਚਾਇਤ ਹੀ ਕਰਵਾਇਆ ਮੈਂ ਪਾਰਕ ਮੇਰੀ ਵਿੱਚ ਬਣਿਆ ਸਾਡੇ ਕੋਲ ਇੱਕ ਮੇਨ ਪ੍ਰੋਬਲਮ ਹੁੰਦੀ ਸੀ ਜਦੋਂ ਸਾਡੀ ਪੰਚਾਇਤ ਆਈ ਹੈ ਕਿ ਸਾਡੇ ਕੋਲ ਬੈਨ ਨੂੰ ਜਗ੍ਹਾ ਹੀ ਨਹੀਂ ਹੁੰਦੀ ਸੀ ਜਦੋਂ ਅਸੀਂ ਕਿਸੇ ਦੀ ਪੰਚਾਇਤ ਕਰਨੀ ਤਾਂ ਸਾਨੂੰ ਇਹ ਪ੍ਰੋਬਲਮ ਆ ਜਾਂਦੀ ਵੀ ਆਪਾਂ ਬਿਠਾਣੀ ਕਿੱਥੇ ਹੈ ਪੰਚਾਇਤ ਜਦੋਂ ਕਿਸੇ ਸੱਦੇ ਨਹੀਂ ਤੇ ਅਸੀਂ ਪੰਚਾਇਤ ਘਰ ਬਣਵਾਇਆ ਆਪਣੇ ਆ ਦੇ ਟਾਈਮ ਦੇ ਵਿੱਚ ਹੀ ਪੰਚਾਇਤ ਘਰ ਤੋਂ ਬਾਅਦ ਫਿਰ ਸਾਡੀਆਂ ਕੁਝ ਹੋਰ ਮੰਗਾ ਸੀ ਹੁਣ ਸਾਡਾ ਜਿਆਦਾ ਸਰ ਟੀਚਾ ਸੀਗਾ ਕਿ ਇਹ ਜਿੰਨੇ ਵੀ ਪੇੜ ਬੁੱਦੇ ਤਾਂ ਲੱਗਦੇ ਹੋਏ ਬੂਟੇ ਸਾਡੀ ਸਾਰੀ ਸਾਡੀ ਪੰਚਾਇਤ 'ਚ ਹੀ ਲੱਗੇ ਨੇ ਸ਼ਮਸ਼ਾਨ ਘਾਟ 'ਚ ਵੀ ਬੂਟੇ ਲੱਗੇ ਹੋਏ ਨੇ ਇੱਧਰ ਵੀ ਲੱਗੇ ਹੋਏ ਨੇ ਔਰ ਅੱਗੇ ਪਿੰਡ ਵਾਸੀ ਜਿੱਦਾਂ ਜਿਸ ਨੂੰ ਵੀ ਚੁਣਨਗੇ ਅਸੀਂ ਕਹਿੰਦੇ ਹਾਂ ਕਿ ਵਧੀਆ ਬੰਦਾ ਚੁਣਿਓ ਵਿਕਾਸ ਨੂੰ ਇਸੇ ਲਈ ਤੇ ਰੱਖਣਾ ਹੈ ਤਾਂ ਜੋ ਸਾਡਾ ਪਿੰਡ ਜਿਹੜਾ ਹੁਣ ਤੀਜੇ ਨੰਬਰ ਤੇ ਆਇਆ ਅਸੀਂ ਇਹਨੂੰ ਨੈਸ਼ਨਲ ਲੈਵਲ ਤੇ ਲੈ ਕੇ ਜਾਵਾਂਗੇ ਇਹ ਸਾਡਾ ਅਗਲਾ ਟੀਚਾ ਪੰਚਾਇਤ ਅਸੀਂ ਹੋਰ ਵੀ ਲੋਕਾਂ ਨਾਲ ਇੱਥੇ ਗੱਲਬਾਤ ਇੱਕ ਵਾਰ ਕਰ ਲੈਣੇ ਸਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਬਲਕਿੰਦਰ ਸਿੰਘ ਜੀ ਬਲਕਿੰਦਰ ਸਿੰਘ ਜੀ ਕੀ ਲੱਗਦਾ ਇਸ ਵਾਰ ਹੋਰ ਵੀ ਕੋਈ ਸਰਪੰਚੀ ਚੁਣੋਂਗੇ ਪਿੰਡ ਵਾਸੀ ਜਾਂ ਫਿਰ ਇਲੈਕਸ਼ਨ ਹੋਣਗੇ ਜਾਂ ਫਿਰ ਜਿਸ ਤਰ੍ਹਾਂ ਤੁਸੀਂ ਕੰਮ ਦੱਸ ਰਹੇ ਹੋ ਪਿੰਡ ਵਾਸੀ ਕਿ ਇਹਨਾਂ ਸਰਪੰਚ ਨੇ ਕੰਮ ਹੀ ਬਹੁਤ ਹੀ ਵਧੀਆ ਕਰਵਾਏ ਪਿੰਡ ਦੀ ਇੱਕ ਕਹਿ ਸਕਦੇ ਕਾ ਨਕਸ਼ਾ ਬਦਲ ਕੇ ਰੱਖਤਾ ਕਿ ਇਹਨਾਂ ਨੂੰ ਸਭ ਸੰਮਤੀ ਨਾਲ ਚੁਣਿਆ ਜਾਏਗਾ ਹਾਂਜੀ ਮੈਂ ਤਾਂ ਕਹਿੰਦਾ ਜਿਸ ਹਾਂ ਨਾਲੇ ਪੰਚਾਇਤ ਮੈਂਬਰਾਂ ਨੇ ਕੰਮ ਕਰਾਇਆ ਤੇ ਇਹੀ ਪੰਚਾਇਤ ਦੁਆਰਾ ਇਹ ਚੁਣੀਆਂ ਤੇ ਸਾਡੇ ਪਿੰਡ ਦਾ ਜਿਹੜਾ ਕੋਈ ਰਹਿੰਦਾ ਮਾੜਾ ਮੋਟਾ ਵਿਕਾਸ ਤੇ ਉਹ ਵੀ ਹੋ ਜੇ ਬਾਕੀ ਪੰਚਾਇਤ ਮੈਂਬਰਾਂ ਨੇ ਬਹੁਤ ਸੋਹਣਾ ਕੰਮ ਕਰਾਇ ਸੇਬਿਆਂ ਜੇ ਸਾਡੇ ਨਾਨਕ ਹਣੀ ਕੋਈ ਘਟਨਾ ਵਾਪਰਦੀ ਸੀ ਤੇ ਪਹਿਲੇ ਅਸੀਂ ਆਪ ਦਾਤੀਆਂ ਲੈ ਕੇ ਜਾਂ ਕੋ ਕਰਕੇ ਸਾਫ ਕਰਨਾ ਉਥੇ ਪੈਰਾ ਜੇ ਕੰਡੇ ਲੱਗਣੇ ਨਾ ਜਾਣ ਨੂੰ ਕੋਈ ਰਸਤਾ ਸੀ ਜੀ ਨਾ ਹੀ ਉਥੇ ਸਮਸ਼ਾਨ ਘਾੜ ਘਾਣ ਨੂੰ ਸੰਸਕਰਨ ਨੂੰ ਕੋਈ ਜਗ੍ਹਾ ਸੀ ਜੀ ਹੁਣ ਤੁਸੀਂ ਜਾ ਕੇ ਦੇਖੋ ਪੂਰੀ ਪੱਕੀ ਛੜਕ ਬਣੀ ਆ ਸਮਸ਼ਾਨ ਘਾੜ ਸਾਡਾ ਪੱਕਾ ਬਣਿਆ ਉਥੇ ਬੂਟੇ ਲੱਗੇ ਆ ਬਹਿ ਨੂੰ ਖਲੋਣ ਨੂੰ ਨਹੀਂ ਤੇ ਪਹਿਲੇ ਇਦਾਂ ਧੂਪੇ ਕੋਈ ਉਥੇ ਖੜਾ ਹੋ ਕੋਈ ਉਥੇ ਉਹ ਵਧੀਆ ਕੰਮ ਕਰਾਇਆ ਜੀ